ਸ਼ਮਾਦਾਨ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੈਂ ਸਵਰਨ ਸਿੰਘ ਦਾਨੇਲਗੀ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋ ਰਹੀ ਨੇ ਇੱਕ ਅਹਿਮ ਖਬਰ ਹੈ ਜੀ ਦੇ ਵਿੱਚ ਨਿਤਿਸ਼ ਕੁਮਾਰ ਨੇ ਇੱਕ ਰੰਗ ਦਾ ਪੱਤਾ ਖੇਡਿਆ ਚਲੋ ਸਭ ਕਹਿੰਦੇ ਰੰਗ ਦਾ ਪੱਤਾ ਬੰਦਾ ਉਦੋਂ ਹੀ ਕੱਢਦਾ ਹੈ ਜਦੋਂ ਬੇਗਮ ਕੁੱਟਣੀ ਹੋਵੇ ਸੀਨ 'ਚ ਬਿਲਕੁਲ 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 ਬੇਗਮ ਕੁੱਟਣੀ ਹੋਵੇ ਕਾਟ ਲਾਉਣੀ ਹੋਵੇ ਕਾਟ ਲਾਉਣੀ ਉਹ ਆਪਾਂ ਛੋਟੇ ਹੁੰਦੇ ਪਿੰਡਾਂ ਦੇ ਵਿੱਚ ਹੋਰ ਤਾਂ ਕੁਛ ਆਉਂਦੇ ਨਹੀਂ ਸਰਾਂ ਬੋਲਣ ਜਾਂ ਨਿੱਕੀਆਂ ਮੋਟੀਆਂ ਪੱਤਾ ਚੁਕਾਉਣ ਵਗੈਰਾ ਇਹੋ ਜਿਹੀਆਂ ਖੇਡਾਂ ਖੇਡਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਵੀ ਦੁੱਕੀ ਵੀ ਲਟੈਣ ਬਣ ਗਈ ਵੀ ਦੁੱਕੀ ਕਿਵੇਂ ਲਟੈਣ ਬਣ ਗਈ ਜਦੋਂ ਦੁੱਕੀ ਦੀ ਰੰਗ ਦਾ ਪੱਤਾ ਹੁੰਦਾ ਨਾ ਜੀ ਰੰਗ ਦੀ ਦੁੱਕੀ ਦੀ ਜਦੋਂ ਕਾਟ ਲੱਗਦੀ ਹੈ ਤੇ ਫਿਰ ਬਾਦਸ਼ਾਹ ਨੂੰ ਉਚਿਤ ਕਰ ਦਿੰਦੀ ਹੈ ਲਗਭਗ ਉਹੀ ਤੌਰ ਤਰੀਕਾ ਅਪਣਾਇਆ ਮਿਸਟਰ ਨਿਤਿਸ਼ ਕੁਮਾਰ ਨੇ ਜੀ ਕੱਲ ਦਿੱਲੀ ਦੇ ਵਿੱਚ ਨੀਤੀ ਆਯੋਗ ਜੀ ਦੀ ਮੀਟਿੰਗ ਹੋਈ ਸੀ ਇਹ ਨੀਤੀ ਆਯੋਗ ਕੀ ਹੈ ਪਹਿਲੀ ਗੱਲ ਤਾਂ ਸਾਡੇ ਜ਼ਬਾਨ ਤੇ ਨਹੀਂ ਚੜ੍ਹਦਾ ਜੇ ਜ਼ਬਾਨ ਤੇ ਚੜ੍ਹ ਜਾਂਦਾ ਚਲੋ ਪੱਤਰਕਾਰਾਂ ਦੀ ਚੜ੍ਹ ਜੂ ਤਾਂ ਆਮ ਤੌਰ ਤੇ ਸਾਡੇ ਸਰੋਤਿਆਂ ਨੂੰ ਨਹੀਂ ਪਤਾ ਲੱਗਦਾ ਵੀ ਹੈ ਕੀ ਅਸਲ ਦੇ ਵਿੱਚ ਹੈ ਕਿ ਭਾਰਤ ਜਦੋਂ ਆਜ਼ਾਦ ਹੋਇਆ ਗਣਰਾਜ ਬਣਿਆ ਇਲੈਕਸ਼ਨਾਂ ਹੋਣ ਲੱਗੀਆਂ ਉਸ ਵੇਲੇ ਕੰਸਟੀਟਿਊਸ਼ਨ ਦੇ ਵਿੱਚ ਇਹ ਪ੍ਰਬੰਧ ਕਰਤਾ ਸੀ ਕਿ ਇੱਕ ਪਲੈਨਿੰਗ ਕਮਿਸ਼ਨ ਬਣੂਗਾ ਜਿਹੜਾ ਯੋਜਨਾਵਾਂ ਬਣਾਊਗਾ ਸਾਰੇ ਦੇਸ਼ ਦੀਆਂ ਕਿ ਕਿਸ ਕਿਸਮ ਦੀਆਂ ਅਸੀਂ ਯੋਜਨਾਵਾਂ ਮੈਂ ਆਪਣਾ ਮੁਲਕ ਨੂੰ ਤਰੱਕੀ ਵਾਸਤੇ ਲਿਜਾਣ ਲਈ ਕਿਸ ਕਿਸਮ ਦੇ ਜਿਹੜੇ ਕੰਮ ਕਰਨੇ ਵਿਕਾਸ ਦੇ ਕੰਮ ਹੋਣਗੇ ਕੋਈ ਹੋਰ ਸੋ ਉਹਨੂੰ ਅਸੀਂ ਕਹਿੰਦੇ ਹੁੰਦੇ ਸੀ ਪਲਾਨਿੰਗ ਕਮਿਸ਼ਨ ਪਰ ਜਿਵੇਂ ਸਾਡੇ ਵੀਰ ਜੀ ਦੱਸ ਕੇ ਗਏ ਹੈ ਕਿ ਵਕਤ ਤੋਂ ਪਹਿਲਾਂ ਚੂੰਡੀ ਵੱਢ ਕੇ ਤਾਂ ਨਹੀਂ ਦੇਖਦੇ ਕਿਤੇ ਇਹ ਸਰਕਾਰ ਜਦੋਂ ਦੀ ਮੋਦੀ ਦੀ ਬਣੀ ਤਾਂ ਫਿਰ ਇਹਨੇ ਹਿੰਦੂ ਹਿੰਦੀ ਹਿੰਦੁਸਤਾਨ ਵਾਲੀ ਗੱਲ ਲਾਗੂ ਕਰਨ ਲੱਗੇ ਉਹਦੇ ਤੇ ਇਹਨਾਂ ਨੇ ਆ ਕੇ ਉਹਦਾ ਨਾਂ ਬਦਲਤਾ ਪਲੈਨਿੰਗ ਕਮਿਸ਼ਨ ਦਾ ਨਾਂ ਕਰਤਾ ਨੀਤੀ ਆਯੋਗ ਜੇ ਹੁਣ ਦੂਜੇ ਲੋਟ ਦੇਖੀਏ ਆਪਾਂ ਤੇ ਹੈ ਉਹੀ ਕੁਛ ਪਲੈਨਿੰਗ ਦਾ ਮਤਲਬ ਹੈ ਯੋਜਨਾ ਯੋਜਨਾ ਪਲੈਨਿੰਗ ਦਾ ਮਤਲਬ ਨੀਤੀ ਵੀ ਕਹਿ ਲਓ ਆਯੋਗ ਕਮਿਸ਼ਨ ਆਯੋਗ ਜਿਹੜਾ ਹੈਗਾ ਅੰਗਰੇਜ਼ੀ ਚ ਅਸੀਂ ਕਮਿਸ਼ਨ ਕਹਿ ਦਿੰਦੇ ਜੇ ਉਹਨੂੰ ਹਿੰਦੀ ਚ ਕਹਾਂਗੇ ਤਾਂ ਉਹਨੂੰ ਆਯੋਗ ਕਿਹਾ ਜਾਊ ਪੰਜਾਬੀ ਨੇ ਅੰਗਰੇਜ਼ੀ ਵਾਲਾ ਲਫ਼ਜ਼ ਜਿਹੜਾ ਹੈਗਾ ਉਹਨੂੰ ਅਪਣਾ ਲਿਆ ਪੰਜਾਬੀ ਦੇ ਵਿੱਚ ਅਸੀਂ ਉਹਨੂੰ ਕਮਿਸ਼ਨ ਹੀ ਕਹਿ ਦਿੰਦੇ ਸੋ ਇਹਨਾਂ ਨੇ ਉਹ ਨੀਤੀ ਆਯੋਗ ਬਣਾ ਲਈ ਚਲੋ ਕੱਲ ਨੀਤੀ ਆਯੋਗ ਦੀ ਚੌਥੀ ਮੀਟਿੰਗ ਸੀ ਨੀਤੀ ਆਯੋਗ ਦੀ ਜਿਹੜੀ ਬਣਤਰ ਹੈ ਗਵਰਨਿੰਗ ਬਾਡੀ ਆਪਾਂ ਦੇਖੀਏ ਤਾਂ ਇਸ ਗਵਰਨਿੰਗ ਬਾਡੀ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਨਾਲ ਸਾਰੇ ਹੀ ਦੇਸ਼ ਦੇ ਮੁੱਖ ਮੰਤਰੀ ਹੈ ਜਿਹੜੇ ਸਟੇਟਾਂ ਦੇ ਮੁੱਖ ਮੰਤਰੀ ਉਹ ਵੀ ਮੈਂਬਰ ਹੁੰਦੇ ਹੈ ਅਤੇ ਕੱਲ੍ਹ ਲਗਭਗ ਸਾਰੀਆਂ ਹੀ ਸਟੇਟਾਂ ਦੇ ਮੁੱਖ ਮੰਤਰੀ ਆਏ ਸੀ ਕੁਛ ਇੱਕ ਰਹਿ ਕੇ ਜਿਹਨਾਂ ਨੂੰ ਕੋਈ ਮਜਬੂਰੀ ਹੁੰਦੀ ਹੈ ਕੋਈ ਕੰਮ ਧੰਦਾ ਜਾਂ ਕਿਸ ਕਿਸਮ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਗਏ ਸੀ ਉਹਦੇ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਆਏ ਹੋਏ ਸੀ ਸੋ ਜਦੋਂ ਮਿਸਟਰ ਚੰਦਰ ਬਾਬੂ ਨਾਇਡੂ ਜਿਹੜੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹੈ ਉਹਨਾਂ ਨੇ ਖੜੇ ਹੋ ਕੇ ਆਪਣੀ ਗੱਲ ਕਹੀ ਗੱਲ ਉਹਨਾਂ ਨੇ ਕੀ ਕਹੀ ਗੱਲ ਉਹਨਾਂ ਨੇ ਕਹੀ ਕਿ ਜੀ ਆਂਧਰਾ ਪ੍ਰਦੇਸ਼ ਵੰਡਿਆ ਗਿਆ ਇਹਦੇ ਦੋ ਟੁਕੜੇ ਹੋ ਗਏ ਇੱਕ ਆਂਧਰਾ ਪ੍ਰਦੇਸ਼ ਤੇ ਇੱਕ ਤੇਲੰਗਾਨਾ ਦੋ ਟੁਕੜੇ ਹੋਣ ਤੋਂ ਬਾਅਦ ਜੀ ਸਾਡਾ ਵਿਕਾਸ ਹੈ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਸਾਡੇ ਕੋਲ ਕਹਿੰਦੇ ਰਾਜਧਾਨੀ ਹੈ ਨੀ ਰਾਜਧਾਨੀ ਹੈਦਰਾਬਾਦ ਜਿਹੜੀ ਹੈ ਉਹ ਤੇਲੰਗਾਨਾ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ ਇਸ ਲਈ ਸਾਨੂੰ ਰਾਜਧਾਨੀ ਬਣਾਉਣ ਵਾਸਤੇ ਪੈਸਾ ਚਾਹੀਦਾ ਸੀ ਉਹ ਪੈਸਾ ਨਹੀਂ ਦਿੱਤਾ ਸਾਨੂੰ ਵਿਕਾਸ ਵਾਸਤੇ ਪੈਸਾ ਚਾਹੀਦਾ ਸੀ ਉਹ ਪੈਸਾ ਨਹੀਂ ਦਿੱਤਾ ਇੱਥੇ ਮੈਂ ਇਹ ਵੀ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਚੰਦਰ ਬਾਬੂ ਨਾਇਡੂ ਪਹਿਲਾਂ ਐਨ ਡੀ ਏ ਦਾ ਭਾਗੀਦਾਰ ਸੀ ਤੇਲਗੂ ਦੇਸ਼ਮ ਪਾਰਟੀ ਦੇ ਕੇਂਦਰ ਦੇ ਵਿੱਚ ਵਜ਼ੀਰ ਸੀ ਮੇਰਾ ਖਿਆਲ ਦੋ ਵਜ਼ੀਰ ਸੀਗੇ ਔਰ ਭਾਰਤੀ ਜਨਤਾ ਪਾਰਟੀ ਵਾਲੇ ਆਂਧਰਾ ਪ੍ਰਦੇਸ਼ ਦੀ ਕੁਲੀਸ਼ਨ ਸਰਕਾਰ ਦੇ ਵਿੱਚ ਸੀਗੇ
ਸੋ ਜਦੋਂ ਚੰਦਰ ਬਾਬੂ ਨਾਇਡੂ ਨੇ ਮੰਗ ਕੀਤੀ ਕਿ ਸਾਨੂੰ ਦਿਓ ਕੁਛ ਜੀ, ਉਹਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਧਰਿਆ, ਉਹਨਾਂ ਨੇ ਪ੍ਰੋਟੈਸਟ ਕੀਤਾ, ਕਿਸੇ ਨੇ ਉਹਨੂੰ ਜਾਣੇ ਗੌਲੇ ਨੀ। ਅਖੀਰ ਉਹਨਾਂ ਨੇ ਡੈਪੂਟੇਸ਼ਨ ਲੈ, ਪਾਰਲੀਮੈਂਟ ਪ੍ਰੋਸੈਸ਼ਨ ਕਰ, ਮਤਲਬ ਹਰ ਹੀਲਾ ਅਪਣਾ ਕੇ ਦੇਖ ਲਿਆ। ਜਦੋਂ ਕੋਈ ਗੱਲ ਨਾ ਬਣੀ ਤਾਂ ਉਹਨਾਂ ਨੇ ਪਹਿਲਾਂ ਅਸਤੀਫੇ ਦਿੱਤੇ, ਭਾਰਤੀ ਜਨਤਾ ਪਾਰਟੀ ਨੇ ਆਂਧਰਾ ਚੋਂ ਅਸਤੀਫੇ ਦਿੱਤੇ ਜੀ, ਫਿਰ ਉਹਨਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲਈ ਅਤੇ ਐਨ ਡੀ ਓ ਨਾਲ ਉਹਨਾਂ ਨਾਤਾ ਤੋੜ ਲਿਆ। ਤਾਂ ਹੁਣ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਫਿਰ ਰੱਖੀ, ਸਾਰੇ ਦੇਸ਼ ਦੇ ਮੁੱਖ ਮੰਤਰੀ ਆਏ ਹੋਏ ਸੀ। ਹੁਣ ਜੇ ਇੱਥੇ ਬੀਬੀ ਮਮਤਾ ਬੈਨਰਜੀ ਨਾਇਡੂ ਦੇ ਹੱਕ 'ਚ ਬੋਲਣ ਲਈ ਪਹਿਲਕਦਮੀ ਕਰਦੇ ਸਾਨੂੰ ਸਮਝ ਪੈਂਦੀ ਸੀ, ਜੇ ਕੇਰਲਾ ਵਾਲਾ ਮੁੱਖ ਮੰਤਰੀ ਬੋਲਦਾ ਤਾਂ ਵੀ ਸਾਨੂੰ ਸਮਝ ਉਹ ਵੀ ਪੈਂਦੀ ਸੀ, ਜੇ ਕਰਨਾਟਕ ਵਾਲਾ ਮੁੱਖ ਮੰਤਰੀ ਐਚ ਡੀ ਰਾਮਾ ਸਵਾਮੀ ਵੀ ਬੋਲਦਾ ਫਿਰ ਵੀ ਸਮਝ ਪੈਣੀ ਸੀ। ਪਰ ਐਨ ਡੀ ਏ ਦਾ ਭਾਗੀਦਾਰ ਜੀ ਜਿਹੜਾ ਛੱਡ ਕੇ ਆਇਆ ਆਪਣੇ ਨੂੰ ਲਾਲੂ ਪ੍ਰਸਾਦ ਯਾਦਵ ਰਾਸ਼ਟਰੀ ਜਨਤਾ ਦਲ ਨੂੰ, ਜਿਹਦੇ ਕੋਲ ਵੱਧ ਸੀਟਾਂ ਸੀ, ਸਰਕਾਰ ਉਹ ਆਪਦੀ ਬਣਾ ਸਕਦਾ ਸੀ, ਇਹਨੂੰ ਮੁੱਖ ਮੰਤਰੀ ਬਣਾਇਆ, ਉਹ ਛੱਡ ਕੇ ਆਇਆ ਸੀ ਅਤੇ ਉਹੀ ਉੱਠ ਕੇ ਖੜਾ ਹੋ ਗਿਆ। ਉਹ ਕਹਿੰਦਾ ਜੀ ਦੇਖੋ ਮੈਂ ਸਹਿਮਤ ਹਾਂ, ਚੰਦਰ ਬਾਬੂ ਨਾਇਡੂ ਨੂੰ ਮਿਲਣਾ ਚਾਹੀਦਾ ਜੀ, ਆਂਧਰਾ ਪ੍ਰਦੇਸ਼ ਨੂੰ ਪੈਕੇਜ ਮਿਲਣਾ ਚਾਹੀਦਾ, ਅਤੇ ਨਾਲ ਹੀ ਜਿਵੇਂ ਕਹਿੰਦੇ ਹੁੰਦੇ ਆ ਵੀ ਨਾਂ ਲੈ ਕੇ ਭਰਾਵਾਂ ਦੇ ਦੁੱਖ ਯਾਰ ਬੈਣ ਦੇ ਪਾਵੇ, ਫਿਰ ਉਹਨੇ ਆਪਦੇ ਬੈਣ ਵੀ ਪਾਉਣੇ ਸ਼ੁਰੂ ਕਰਤੇ। ਕਹਿੰਦਾ ਜੀ ਬਿਹਾਰ ਜਿਹੜਾ ਹੈਗਾ ਵਿਦਿਅਕ ਤੌਰ 'ਤੇ, ਬੌਧਿਕ ਤੌਰ 'ਤੇ ਪਛੜਿਆ ਹੋਇਆ ਸੂਬਾ, ਉੱਥੇ ਸਿਹਤ ਸੇਵਾਵਾਂ ਦੀ ਹਾਲਤ ਮਾੜੀ, ਉੱਥੇ ਵਿਦਿਅਕ ਸੰਸਥਾਵਾਂ ਦੀ ਹਾਲਤ ਵੀ ਮਾੜੀ ਹੈ, ਜਿਹੜਾ ਮਨੁੱਖੀ ਵਿਕਾਸ ਹੈ ਉਹ ਵੀ ਪ੍ਰਾਪਰ ਹੈ ਨਹੀਂ। ਇਸ ਕਰਕੇ ਇਹਨਾਂ ਪ੍ਰਸਥਿਤੀਆਂ ਦੇ ਚੱਲਦਿਆਂ ਜੀ ਉਹ ਕਹਿੰਦੇ ਵੀ ਨਾਲ ਸਾਨੂੰ ਵੀ ਚਾਹੀਦਾ, ਸਾਡੇ ਲਈ ਵੀ ਵਿਸ਼ੇਸ਼ ਪੈਕੇਜ ਦੇ ਦਿਓ। ਉਹਨਾਂ ਨੇ ਵੀ ਇਹ ਗੱਲ ਕਰਤੀ, ਇਹ ਗੱਲ ਕਰਕੇ ਉਹਨਾਂ ਨੇ ਆਪਦੀ ਇਕੱਲੇ ਪੈਸੇ ਨਹੀਂ ਮੰਗੇ, ਨਾਲ ਇਸ਼ਾਰਾ ਵੀ ਕਰਤਾ ਕਿ ਜਿਹੜਾ ਫੈਡਰਲ ਫਰੰਟ ਬਣ ਰਿਹਾ ਜੀ, ਰੀਜਨਲ ਪਾਰਟੀਆਂ ਵੱਲੋਂ ਫਰੰਟ ਬਣਾਇਆ ਜਾ ਰਿਹਾ, ਮੋਦੀ ਜੀ ਜੇ ਸਾਡੇ ਵੱਲ ਕੰਨ ਨਾ ਕੀਤਾ, ਸਾਡੀ ਗੱਲ ਧਿਆਨ ਨਾ ਸੁਣੀ, ਤਾਂ ਸਤਿ ਸ੍ਰੀ ਅਕਾਲ ਸਾਡੀ ਵੀ ਹੋਣ ਵਾਲੀ ਹੈ ਤੇ ਮੇਰੇ ਖਿਆਲ ਮੁਤਾਬਕ ਹੈ ਕਿ ਤੀਜਾ ਮੌਕਾ ਜਦੋਂ ਨਿਤੀਸ਼ ਕੁਮਾਰ ਨੇ ਸੰਕੇਤ ਜੀ ਦੇਣੇ ਸ਼ੁਰੂ ਕਰਤੇ ਕਿ ਤੇਰੀ ਤਾਂ ਬਾਬਾ ਖਾਂਦੇ ਦੀ ਦਾੜੀ ਹਲਦੀ ਹੈ, ਹੁਣ ਉਹਨੂੰ ਦਾੜੀ ਦਿਸਣ ਲੱਗ ਗਈ ਜਿਹੜੀ ਹੈ ਸਾਲ ਡੇਢ ਸਾਲ ਲਾ ਕੇ ਇਹਨਾਂ ਦੇ ਨਾਲ, ਤੇ ਮੇਰਾ ਖਿਆਲ ਹੈ ਵੀ ਉਡੀਕ ਰਿਹਾ ਮਹਾਂਗਠਬੰਧਨ ਵਾਲੇ ਪਾਸੇ ਨੂੰ, ਉਹ ਵੀ ਪਹਿਲਾਂ ਵੀ ਖਬਰਾਂ ਆ ਗਈਆਂ ਸੀ ਕਿ ਅੰਦਰ ਖਾਤੇ ਕਾਂਗਰਸ ਵਾਲਿਆਂ ਨਾਲ ਵੀ ਸਿੱਟੀ ਬੀਟੀ ਚੱਲੀ ਜਾਂਦੀ।